ਸਾਰੇ ਨਾਮ ਦੇ ਰਸੀਏ ਦੇ ਨਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਉੱਥੇ ਉਹ ਤੀਰਥ ਨੂੰ ਸੱਦ ਲੈਂਦੇ ਨੇ। ਆਹ ਨਾਰਲੀ ਪਿੰਡ ਹੈ ਜੀ, ਨਾਰਲੀ ਖਾਲੜੇ ਦੇ ਲਾਗੇ, ਉੱਥੇ ਬਾਬਾ ਜਵਾਹਰ ਸਿੰਘ ਹੋਇਆ ਹੈ ਤਾਂ ਨਾਮਧਾਰੀ ਸੀ। ਉਹਨੂੰ ਕੁਛ ਲੋਕਾਂ ਨੇ ਕਿਹਾ ਜੀ ਆਪਾਂ ਤੀਰ ਗੰਗਾ 'ਤੇ ਚੱਲੀਏ। ਉਹਨਾਂ ਨੇ ਕਿਹਾ ਕਿ ਸਾਡੇ ਵਾਸਤੇ ਤਾਂ ਇਹ ਖੂਹ ਹੀ ਗੰਗਾ ਹੈ। ਕਹਿਣ ਲੱਗੇ ਜੀ ਇਹ ਕਿਸ ਤਰ੍ਹਾਂ? ਕਹਿਣ ਲੱਗੇ ਸਾਡੇ ਕੋਲ ਰਹੋ, ਤੁਹਾਨੂੰ ਵਿਖਾ ਦਿਆਂਗੇ, ਰਾਤ ਨੂੰ ਗੰਗਾ ਆਵੇਗੀ, ਤੁਸੀਂ ਸਾਰੇ ਇਸ਼ਨਾਨ ਕਰ ਲਿਓ। ਅੱਜ ਤੀਕਰ ਸਾਧ ਸੰਗਤ ਜੀ ਉਸ ਖੂਹ ਦਾ ਪਾਣੀ ਜਿਹੜਾ ਨਾ ਉਹ ਰਾਤ 12 ਵਜੇ ਤੋਂ ਬਾਅਦ ਦੁੱਧ ਵਰਗਾ ਲੱਸੀ ਵਰਗਾ ਹੋ ਜਾਂਦਾ। ਜਿੱਥੇ ਪਰਮੇਸ਼ਰ ਦੇ ਪਿਆਰੇ ਨੇ ਨਾ ਉਹ ਤੀਰਥਾਂ ਨੂੰ ਆਪਣੇ ਕੋਲ ਸੱਦ ਲੈਂਦੇ ਨੇ, ਕਿਉਂਕਿ ਤੀਰਥ ਉਹਨਾਂ ਦੇ ਬਣਾਏ ਨੇ। ਅਰਸਰ ਤੀਰਥ ਗੁਰ ਸ਼ਬਦ ਦਿਖਾਏ, ਗੁਰੂ ਦੇ ਸ਼ਬਦ ਨੇ ਉਹਨਾਂ ਨੂੰ 68 ਤੀਰਥ ਦਿਖਾ ਦਿੱਤੇ।